ਹੁਣ ਦੇਖਦੇ ਆ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਆ ਦੋਸਤੋ ਜਿਉਂ ਹੀ ਜਿਹੜਾ ਸਰਦੀਆਂ ਦੇ ਦਿਨ ਆਉਂਦੇ ਆ ਤੇ ਵੱਡਿਆਂ ਸ਼ਹਿਰਾਂ ਦੇ ਵਿੱਚ ਇਹ ਪ੍ਰੋਬਲਮ ਖੜੀ ਹੋ ਜਾਂਦੀ ਹੈ ਕਿ ਜਿਹੜੇ ਲੋਕਾਂ ਕੋਲ ਰਹਿਣ ਨੂੰ ਘਰ ਨਹੀਂ ਹੈ ਤੇ ਉਹ ਸਰਦੀਆਂ ਵਿੱਚ ਕਿੱਥੇ ਆਪਣਾ ਸਮਾਂ ਬਤਾਉਣਗੇ ਐਡਮੈਂਟਨ ਸ਼ਹਿਰ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਜੀ ਦੱਸਦੇ ਨੇ ਕਿ ਕੋਈ 2800 ਦੇ ਕਰੀਬ ਵਿਅਕਤੀ ਨੇ ਜਿਨ੍ਹਾਂ ਕੋਲ ਰਹਿਣ ਨੂੰ ਕੋਈ ਥਾਂ ਨਹੀਂ ਹੈ ਤੇ 800 ਦੇ ਕਰੀਬ ਵਿਅਕਤੀ ਜਿਹੜਾ ਜੀ ਉਹ ਕਹਿੰਦੇ ਰਾਤ ਨੂੰ ਬਾਹਰ ਸੌਂਦਾ ਹੁਣ ਤੁਸੀਂ ਇਮੇਜਿਨ ਕਰੋ ਕਿ ਇਸ ਤਰ੍ਹਾਂ ਦੀ ਠੰਡ ਦੇ ਵਿੱਚ ਇਦਾਂ ਦੇ ਹਾਰਸ਼ ਵੈਦਰ ਵਿੱਚ ਲੋਕੀ ਰਾਤ ਨੂੰ ਬਾਹਰ ਸੌਂ ਰਹੇ ਨੇ ਔਰ ਫਿਰ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਕਈ ਵਾਰੀ ਹਸਪੀਟਲ ਵਿੱਚ ਪੋਂਚਦੇ ਨੇ ਐਮਰਜੈਂਸੀ ਰੂਮ ਦੇ ਵਿੱਚ ਜਿੱਥੇ ਉਹ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਨੇ ਜਦੋਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਦੁਨੀਆ ਦਾ ਬਿਹਤਰ ਇਲਾਜ ਜਿਹੜਾ ਡਾਕਟਰ ਔਰ ਬਾਕੀ ਦਵਾਈਆਂ ਇਹ ਉਹਨਾਂ ਨੂੰ ਮਿਲਦੀਆਂ ਉਥੋਂ ਪਰ ਜਦੋਂ ਉਥੋਂ ਉਹਨਾਂ ਦਾ ਹੌਸਪੀਟਲ ਐਮਰਜੈਂਸੀ ਚ ਰਿਲੀਜ਼ ਹੁੰਦੇ ਆ ਫੇਰ ਉਹਨਾਂ ਨੂੰ ਜਾਣ ਨੂੰ ਕੋਈ ਥਾਂ ਨਹੀਂ ਹੁੰਦੀ ਹਸਪੀਟਲ ਜਿਹੜਾ ਉਹ ਬਹੁਤ ਬਿਜ਼ੀ ਹੋਣ ਕਰਕੇ ਕਈ ਵਾਰੀ ਉਹਨਾਂ ਲੋਕਾਂ ਨੂੰ ਫੇਰ ਕੀ ਕਹਿੰਦੇ ਆ ਸਟ੍ਰੀਟਸ ਤੇ ਹੀ ਭੇਜਣਾ ਪੈਂਦਾ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਹੁਣ ਅਲਬਰਟਾ ਹੈਲਥ ਸਰਵਿਸਿਜ਼ ਨੇ ਅਲਬਰਟਾ ਸਰਕਾਰ ਦੇ ਨਾਲ ਰਲ ਕੇ ਤੇ ਇੱਕ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹਦੇ ਨਾਲ ਮਿਲ ਕੇ ਜੀ ਉਹਨਾਂ ਨੇ ਇੱਕ ਨਵਾਂ ਪਾਇਲਟ ਪ੍ਰੋਜੈਕਟ ਕਿਸਮ ਦਾ ਆਰੰਭ ਕੀਤਾ ਹੈ ਜਿਹਦੇ ਵਿੱਚ ਕੀ ਹੈ ਕਿ ਜਦੋਂ ਇਹ ਹੋਮਲੈਸ ਪੀਪਲ ਐਮਰਜੈਂਸੀ ਰੂਮ ਦੇ ਵਿੱਚੋਂ ਜਾਂ ਹਸਪੀਟਲ ਵਿੱਚੋਂ ਉਹਨਾਂ ਨੂੰ ਡਿਸਚਾਰਜ ਕੀਤਾ ਜਾਂਦਾ ਆ ਤਾਂ ਉਹ ਇਸ ਸ਼ੈਲਟਰ ਵਿੱਚ ਜਾ ਸਕਣਗੇ ਜਿੱਥੇ ਉਹਨਾਂ ਦਾ ਇੱਕ ਕਿਸਮ ਦਾ ਸੇਫ ਜਗ੍ਹਾ ਹੋਵੇਗੀ ਜਿੱਥੇ ਉਹ ਆਪਣਾ ਰਿਕਵਰ ਕਰ ਸਕਦੇ ਆ ਜਿੰਨੇ ਦਿਨ ਵੀ ਉਹਨਾਂ ਨੇ ਉੱਥੇ ਰਹਿਣਾ ਉਦੋਂ ਬਾਅਦ ਉਹਨਾਂ ਦੇ ਰਹਿਣ ਸਹਿਣ ਲਈ ਵੀ ਉਹ ਆਰਗੇਨਾਈਜੇਸ਼ਨ ਦੇ ਜਿਹੜੇ ਕਾਰਕੁਨ ਨੇ ਉਹ ਕਹਿੰਦੇ ਅਸੀਂ ਗਾਂ ਉਹਨਾਂ ਲਈ ਉਹ ਵੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿੱਥੇ ਉਹ ਜਾ ਕੇ ਰਹਿਣਾ ਚਾਹਣਗੇ ਸੋ ਇਹ ਪਹਿਲੀ ਵਾਰੀ ਹੋ ਰਿਹਾ ਜੀ ਕਹਿੰਦੇ ਆਲਮੋਸਟ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਅਰੇਂਜਮੈਂਟ ਕੀਤਾ ਜਾ ਰਿਹਾ ਹੈ ਪ੍ਰੀਮੀਅਰ ਡੈਨੀਅਲ ਸਮਿਥ ਹੋਰਾਂ ਨੇ ਅੱਜ ਜਦੋਂ ਇਹ ਅਨਾਉਂਸਮੈਂਟ ਕੀਤੀ ਆ ਤੇ ਉਹਨਾਂ ਦਾ ਕਹਿਣਾ ਆ ਵੀ ਇਹਦੇ ਨਾਲ ਜਿਹੜੇ ਐਮਰਜੈਂਸੀ ਰੂਮ ਆ ਉੱਥੇ ਵੀ ਪ੍ਰੈਸ਼ਰ ਘਟੇਗਾ ਕਿਉਂਕਿ ਕੀ ਹੋ ਰਿਹਾ ਸੀ ਕਿ ਲੋਕ ਜਾਂਦੇ ਆ ਹਸਪੀਟਲ ਦੇ ਵਿੱਚ ਇਲਾਜ ਕਰਾਉਂਦੇ ਆ ਮੁੜ ਕੇ ਫੇਰ ਸੜਕ ਤੇ ਉਹ ਸੜਕ ਤੋਂ ਫੇਰ ਉੱਥੇ ਹੀ ਸੋ ਇਸ ਤਰ੍ਹਾਂ ਕਰਨ ਦੇ ਨਾਲ ਉਹ ਕਹਿੰਦੇ ਵੀ ਜਿਹੜਾ ਪ੍ਰੈਸ਼ਰ ਆ ਐਮਰਜੈਂਸੀ ਰੂਮਸ ਤੇ ਘਟੇਗਾ ਡਾਕਟਰਾਂ ਤੇ ਵੀ ਘਟੇਗਾ ਔਰ ਨਾਲ ਦੀ ਨਾਲ ਜਿਹੜਾ ਸਿਸਟਮ ਆ ਉਹ ਥੋੜਾ ਬਿਹਤਰ ਕੰਮ ਕਰ ਕਰਨ करेगा ताकि और लोकांनु जिन्नानु रियल मदद चाहिदी आ उनानु ओ मदद दे सकनगे और ए देली फंडिंग जेडी है जी ओ अल्बर्टा हेल्थ सर्विसेज कर रही आ 12 बेड ਖੁੱਲਣ ਜਾ ਰਹੇ ਨੇ ਪਹਿਲਾ ਜੈਸਪਰ ਫੈਸਿਲਿਟੀ ਹੈਗੀ 160 ਸਟਰੀਟ ਵੈਸਟ ਐਂਡ ਦੇ ਵਿੱਚ ਆ ਇਹ ਜਿੱਥੇ 100 ਐਵੇਨਿਊ ਤੇ 160 ਸਟਰੀਟ ਤੇ ਜਿੱਥੇ ਖੁੱਲਣ ਜਾ ਰਿਆ ਉਹਨਾਂ ਦੀ ਜਿਹੜੀ ਪਹਿਲੀ ਬਿਲਡਿੰਗ ਆ ਉਹਦੇ ਵਿੱਚ 12 ਬੈੱਡ ਉਹਨਾਂ ਨੇ ਖੋਲਣੇ ਆ ਜੀ ਔਰ ਉਹ ਇਸ ਗੱਲ ਲਈ ਪੂਰੇ ਖੁਸ਼ ਆ ਵੀ ਇਹ ਕਿਉਂਕਿ ਉਹ ਕਹਿੰਦੇ ਪਲਾਨ ਤਾਂ ਬੜੇ ਚਿਰਾਂ ਦੀ ਸੀਗੀ ਪਰ ਹੁਣ ਉਹਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਜਿਹਦੇ ਨਾਲ ਲੋਕਾਂ ਦੀ ਮਦਦ ਹੋਵੇਗੀ ਔਰ ਗਾਹਾਂ ਨੂੰ ਹੋਰ ਥਾਂ ਵੀ ਇਹ ਜਿਹੜਾ ਮਾਡਲ ਆ ਇਹਨੂੰ ਅਪਣਾਇਆ ਜਾ ਸਕੇਗਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ